ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਇਹ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਕਿ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਪੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕਰੋੜ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਇਹ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕਲਵਿੰਦਰ ਕਰੋਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਵੀ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ ਮੈਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਕੁਲਵਿੰਦਰ ਕੌਰ ਦਾ ਭਰਾ ਜਿਹੜੀਆਂ ਫੇਕ ਵੀਡੀਓ ਆ ਰਹੀਆਂ ਵਾਂ ਜਿਹਦੇ ਵਿੱਚ ਕੁਲਵਿੰਦਰ ਕੌਰ ਦੀ ਜਿਹੜੀ ਆਵਾਜ਼ ਕੱਢੀ ਜਾ ਰਹੀ ਆ ਤੇ ਉਹ ਇੱਕ ਪੱਤਰਕਾਰ ਨਾਲ ਗੱਲਬਾਤ ਕਰ ਰਿਹਾ ਬਿਲਕੁਲ ਫੇਕ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਗਈ ਨਾ ਉਹਨਾਂ ਦੀ ਗੱਲ ਕਿਸੇ ਨਾਲ ਹੋਈ ਆ ਦੂਸਰੀ ਬੇਨਤੀ ਆ ਕਿ ਜਿਹੜੀ ਇੱਕ ਮਾਫੀ ਦੀ ਵੀਡੀਓ ਆ ਰਹੀ ਆ ਬਹੁਤ ਸਾਰੇ ਮੈਨੂੰ ਜਿਹੜੇ ਆ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਵਾਂ ਇਸ ਕਰਕੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਸਾਰੀਆਂ ਵੀਡੀਓ ਜਿਹੜੀਆਂ ਫੇਕ ਆ ਇਹਨਾਂ ਵੱਲ ਧਿਆਨ ਜਿਹੜਾ ਉਹ ਨਾ ਦਿੱਤਾ ਜਾਵੇ